ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਆਏ ਨੂੰ ਜੀ ਆਪਣੇ ਚੈਨਲ ਤੇ ਅੱਜ ਦੇ ਜਿਹੜੇ ਆਪਾਂ ਸਵਾਲ ਜਵਾਬ ਲੈ ਕੇ ਆਏ ਆ ਉਹ ਹੋਣਗੇ ਜੀ ਸਵੈ ਜੀਵਨੀਆਂ ਨਾਲ ਸੰਬੰਧਿਤ ਪਹਿਲਾ ਸਵਾਲ ਦੇਖਦੇ ਆਪਾਂ ਹਮੇਸ਼ਾ ਵਾਂਗ ਉਮੀਦ ਹੈ ਤੁਹਾਡੀ ਤਿਆਰੀ ਵਧੀਆ ਹੋਵੇਗੀ ਜਵਾਬ ਦੇਵੋਗੇ ਤੇ ਅਖੀਰ ਤੇ ਸਾਰਿਆਂ ਨੇ ਦੱਸਣਾ ਕਿ ਕਿੰਨੇ ਤੁਹਾਡੇ ਸਹੀ ਸੀਗੇ ਹਾਂਜੀ ਪਹਿਲਾ ਸਵਾਲ ਦਲੀਪ ਕੌਰ ਟਿਵਾਣਾ ਨੇ ਵਿਏ ਤੋਂ ਬਾਅਦ ਕਿਹੜੇ ਕੋਰਸ ਵਿੱਚ ਦਾਖਲਾ ਲਿਆ ਐਮਏ ਪੰਜਾਬੀ ਐਮਏ ਹਿਸਟਰੀ ਜਾਂ ਫਿਰ ਐਲਐਲਬੀ ਤੇ ਫਿਰ ਅੱਗੇ ਵਿਕਲਪਾ 1 ਤੇ 2 ਐਮਏ ਪੰਜਾਬੀ ਤੇ ਐਮਏ ਹਿਸਟਰੀ ਤੇ ਵਿਕਲਪ ਅਗਲਾ ਹੈਗਾ ਚੌਥਾ ਸਾਡੇ ਕੋਲੇ 2 ਤੇ 3 ਭਾਵ ਐਮਏ ਹਿਸਟਰੀ ਤੇ ਐਲਐਲਬੀ ਇਹ ਦੱਸਣਾਗਾ ਤੇ ਉਮੀਦ ਹੈ ਧਿਆਨ ਨਾ ਪੜਿਆ ਹੋਵੇਗਾ ਤਾਂ ਜਵਾਬ ਬਿਲਕੁਲ ਤੁਹਾਡਾ ਸਹੀ ਹੋਵੇਗਾ ਜੀ ਹਾਂ ਜੀ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈ ਬੀਏ ਤੋਂ ਬਾਅਦ ਜਿਹੜੇ ਕੋਰਸ ਦੇ ਵਿੱਚ ਦਾਖਲਾ ਲਿਆ ਸੀਗਾ ਉਹਦੇ ਵਿੱਚ ਸੀਗਾ ਸਾਡੇ ਕੋਲੇ ਐਮਏ ਹਿਸਟਰੀ ਤੇ ਐਲਐਲਬੀ ਭਾਵ 2 ਤੇ 3 ਬਕਲਪਾ ਜਿਹੜਾ ਏ ਸਹੀ ਹੈ ਸਵੈ ਜੀਵਨੀਆਂ ਆਧਾਰਤ ਪ੍ਰਸੰਨ ਲਏ ਗਏ ਨੇ ਬਣਾਏ ਗਏ ਨੇ ਇਹ ਤੇ ਐਵੇਂ ਪੰਜਾਬੀ ਜ਼ਰੂਰਵਾਦ ਦੇ ਵਿੱਚ ਕੀਤੀ ਆ ਉਹ ਆਪਾਂ ਨੇ ਧਿਆਨ ਚ ਜੇ ਤੁਹਾਡੇ ਦਿਮਾਗ ਦੇ ਵਿੱਚ ਉਹ ਬਕਲਪਾ ਆਇਆ ਸੀਗਾ ਤਾਂ ਧਿਆਨ ਰੱਖਣਾ ਅੱਗੇ ਤੋਂ ਅਗਲੀ ਗੱਲ ਕਰਦੇ ਆਂ ਟਿਵਾਣਾ ਨੇ ਜਿਹੜੀ ਆਪਣੀ ਕਿਹੜੀ ਕਿਤਾਬ ਨੂੰ ਊਠ ਪਟੰਗ ਦੱਸਦੀ ਆ ਖੁਦ ਉਹ ਆਪ ਕਹਿ ਰਹੀ ਆ ਕਿ ਜਿਹੜੀ ਕਿਤਾਬ ਸੀਗੀ ਜਾਂ ਕਿਤਾਬਾਂ ਹੋ ਸਕਦੀਆਂ ਨੇ ਜਾਂ ਕਹਾਣੀ ਸੰਗ੍ਰਹਿ ਸੀ ਵੈਸੀ ਕਹਾਣੀ ਸੰਗ੍ਰਹਿਾਂ ਦੀ ਗੱਲ ਕਰਾਂਗੇ ਆਪਾਂ ਇੱਥੇ ਕਹਾਣੀ ਸੰਗਰੀਆਂ ਦੀ ਗੱਲ ਹੀ ਕਰਾਂਗੇ ਨਾਵਲ ਦੀ ਗੱਲ ਨਹੀਂ ਕਰਾਂਗੇ ਵਿਕਲਪ ਤੁਸੀਂ ਦੇਖ ਲੈਣੇ ਪਹਿਲਾਂ ਸਕਰੀਨ ਤੇ ਤਰਾਟਾਂ ਵੈਰਾਗੀਨੈਨ ਸਾਧਨਾ ਤੇ ਇਹਨਾਂ ਦੇ ਵਿੱਚੋਂ ਇੱਕ ਇੱਕ ਵੀ ਹੋ ਸਕਦੀ ਹੈ ਕੋਈ ਤਰਾਟਾਂ ਵੀ ਹੋ ਸਕਦੀ ਹੈ ਵੈਰਾਗੀਨੈਨ ਵੀ ਜਾਂ ਫਿਰ ਇੱਕ ਤੇ ਦੋ ਦੋਵੇਂ ਵਿਕਲਪ ਵੀ ਹੋ ਸਕਦੇ ਨੇ ਜਾਂ ਇੱਕ ਤੇ ਤਿੰਨ ਭਾਵ ਤਿੰਨੇ ਵਿਕਲਪ ਵੀ ਹੋ ਸਕਦੇ ਨੇ ਭਾਵ ਇੱਕ ਤੇ ਤਿੰਨ ਪਹਿਲਾ ਤਰਾਟਾਂ ਤੇ ਸਾਧਨਾ ਵੀ ਹੋ ਸਕਦਾ ਹੈ ਹਾਂਜੀ ਇਹਦੇ ਵਿੱਚੋਂ ਖੁਦ ਉਹਦਾ ਲਿਖਿਆ ਹੋਇਆ ਸਫੈ ਜੀਵਨੀ ਦੇ ਵਿੱਚ ਉਹ ਕਿੜੀਆਂ ਕਿਤਾਬਾਂ ਨੇ ਕਿਹੜੀ ਕਹਾਣੀ ਸੰਗ੍ਰਹਿ ਨੇ ਉਹ ਆਜੀ ਸਾਡੇ ਕੋਲੇ ਤਰਾਟਾਂ ਤੇ ਵੈਰਾਗੇ ਨੈਨ ਤੇ ਹੁਣ ਤੁਸੀਂ ਇਹਨਾਂ ਦੇ ਸਾਲ ਦੱਸਨੇ ਨੇ ਟਿੱਪਣੀ ਕਰਕੇ ਹੀਠਾਂ ਕਿ ਤਰਾਟਾਂ ਤੇ ਵੈਰਾਗੇ ਨੈਨ ਕਦੋਂ-ਕਦੋਂ ਆਏ ਜਰੂਰ ਦੱਸੋ ਜਰੂਰ ਤੁਹਾਨੂੰ ਪਤਾ ਹੋਵੇਗਾ ਤੇ ਹਮੇਸ਼ਾ ਵਾਂਗ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤਸੱਲੀ ਹੁੰਦੀ ਹੈ ਮਨ ਦੀ ਤੇ ਵੀਡੀਓ ਨੂੰ ਸਾਂਝੀ ਜਰੂਰ ਕਰਦਿਆ ਕਰੋ ਅਗਲਾ ਸਵਾਲ ਸਕਰੀਨ ਤੇ ਆ ਗਿਆ ਹੁਣ ਤੁਹਾਡੇ ਸਾਹਮਣੇ ਰੰਜੇ ਟੜੇ ਦੇ ਨਿੱਕੇ ਵੱਡੇ ਭਰਾ ਸਾਰੇ ਸਰਲੇਖ ਕਿਸ ਦੀ ਸਵੈ ਜੀਵਨੀ ਦਾ ਹਿੱਸਾ ਹੈ ਰੰਜੇ ਟੜੇ ਦੇ ਨਿੱਕੇ ਵੱਡੇ ਭਰਾ ਹਾਂਜੀ ਧਿਆਨ ਨਾਲ ਸਮਝ ਕੇ ਤੇ ਦੇਖਣਾਗਾ ਪ੍ਰੋਫੈਸਰ ਪੂਲ ਸਿੰਘ ਵਰਕਸਿੰਗ ਪ੍ਰੀਤ ਲੜੀ ਬਨਜਾਰਾ ਵੇਦੀ ਜਾ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋ ਸਕਦਾ ਨਾ ਹੀ ਹੋਵੇ ਹਨ ਹਾਂਜੀ ਰੰਜੇ ਟੜੇ ਦੇ ਨਿੱਕੇ ਵੱਡੇ ਭਰਾ ਸਾਰੇ ਇਹ ਜੀ ਬਨਜਾਰਾ ਵੇਦੀ ਦੀ ਸਵੈ ਜੀਵਨੀ ਦੇ ਵਿੱਚੋਂ ਇੱਕ ਸਰਲੇਖ ਵੇਹਿਟ ਇੱਕ ਲਿਖੀ ਗਈ ਆ ਉਹਨਾਂ ਦੀ ਕਹਾਣੀ ਆਪਣੀ ਜ਼ਿੰਦਗੀ ਦੇ ਵਿੱਚੋਂ ਲਿਖੀ ਗਈ ਆ ਜ਼ਰੂਰ ਜਿ ਪੜੀ ਹੋਈ ਤਾਂ ਜ਼ਰੂਰ ਉਹਦੇ ਬਾਰੇ ਪਤਾ ਹੋਊਗਾ ਅਗਲਾ ਸਵਾਲ ਵੇਦੀ ਆਪਣੀ ਕਿਹੜੀ ਰਚਨਾ ਦੇ ਵਿੱਚ ਖੁਦ ਬਹਿਰਵਾ ਦਿੰਦਾ ਹੈ ਕਿ ਇਹ ਸਵੈ ਜੀਵਨੀ ਨਹੀਂ ਹੈ ਪਰ ਮੰਨੀਆਂ ਜਾਂਦੀਆਂ ਨੇ ਕਿਤਾਬਾਂ 'ਚ ਲਿਖਿਆ ਮਿਲਦਾ ਪਰ ਵੇਦੀ ਨੇ ਖੁਦ ਕਿਹਾ ਕਿ ਮੇਰੀ ਇਹ ਭਾਈ ਸਵੈ ਜੀਵਨੀ ਨਹੀਂ ਹੈ ਮੇਰੇ ਰੰਗ ਦੇ ਰੰਗ ਅੱਦੀ ਮਿੱਟੀ ਅੱਦਾ ਸੋਨਾ ਗਲੀਆਂ ਚਿਕੜ ਦੌਰ ਹੋਏ ਤੇ ਇਹਨਾਂ ਦੇ ਵਿੱਚੋਂ ਤੁਸੀਂ ਦੇਖਣਾਗਾ ਤੇ ਸਾਰਿਆਂ ਦੇ ਸਾਲ ਜਰੂਰ ਦੱਸੋ ਟਿੱਪਣੀਆਂ ਕਰਕੇ ਕਿਹੜੇ-ਕਿਹੜੇ ਸਾਲ ਦੇ ਵਿੱਚ ਮੇਰੇ ਰਾਹਾਂ ਦੇ ਰੰਗ ਅੱਦੀ ਮਿੱਟੀ ਦਾ ਸੋਨਾ ਗਲੀ ਚੱਕੜ ਦੂਰ ਇਹਦੇ ਵਿੱਚੋਂ ਖੁਦ ਜਿਹੜਾ ਬੇਦੀ ਨੇ ਕਿਹਾ ਮੇਰੇ ਰਾਹਾਂ ਦੇ ਰੰਗ ਦੇ ਵਿੱਚ ਵੇਰਵਾ ਦਿੱਤਾ ਹੋਇਆ ਕਿ ਇਹ ਸਵੈ ਜੀਵਨੀ ਨਹੀਂ ਹੈ ਅਗਲਾ ਸਵਾਲ ਲਿਖਦੇ ਆਪਾਂ ਆਪਣੀ ਸਵੈ ਜੀਵਨੀ ਵਿੱਚ ਮੱਜਾਂ ਨੂੰ ਹੂਰ ਪਰੀਆਂ ਕੌਣ ਕਹਿੰਦਾ ਹੈ ਮੱਜਾਂ ਨੂੰ ਹੂਰ ਪਰੀਆਂ ਕੌਣ ਕਹਿੰਦਾ ਹੈ ਮਹਿੰਦਰ ਸਿੰਘ ਰੰਦਾਵਾ ਪ੍ਰੋਫੈਸਰ ਪੂਨ ਸਿੰਘ ਵਣਜਾਰਾ ਵਿਧੀ ਜਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਮੱਜਾਂ ਨੂੰ ਹੋਰ ਪਰੀਆਂ ਪ੍ਰੋਫੈਸਰ ਪੂਰਨ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਹਾਂਜੀ ਇਹਦੇ ਵਿੱਚ ਸਹੀ ਜਵਾਬਾ ਬਿਲਕੁਲ ਵਣਜਾਰਾ ਵਿਧੀ ਦੀ ਸਵੇ ਜੀਵਨੀ ਦੇ ਵਿੱਚ ਲਿਖਿਆ ਹੋਇਆ ਮੱਜਾਂ ਨੂੰ ਹੋਰ ਪਰੀਆਂ ਉਮੀਦ ਆ ਦੋਸਤ ਵਾਲਾਂ ਦੇ ਵਿੱਚ ਤੁਸੀਂ ਗਲਤੀ ਜਿਹੜੀ ਕੀਤੀ ਹੋਣੀ ਹੈ ਪ੍ਰੋਫੈਸਰ ਪੂਰਨ ਸਿੰਘ ਵਾਲੀ ਗਲਤੀ ਕੀਤੀ ਹੋਣੀ ਆ ਪਰ ਜਿਹਨਾਂ ਨੇ ਇਹਨਾਂ ਨੂੰ ਪੜਿਓ ਜੇ ਨਹੀਂ ਪੜਿਓਗੇ ਇਹਨਾਂ ਤੇ ਵੀਡੀਓ ਚਾਹੀਦੀਆਂ ਨੇ ਤਾਂ ਪਾਓ ਵੀਡੀਓ ਵੀ ਬਣਾ ਦੇਾਂਗੇ ਤੁਸੀਂ ਟਿੱਪਣੀਆਂ ਕਰਕੇ ਦੱਸਿਓ ਸਵੇਜ ਜੀਵਨੀ ਨਾਲ ਸੰਬੰਧਿਤ ਪਹਿਲਾਂ 2-4 ਵੀਡੀਓ ਆਪਣੀਆਂ ਬਣਾ ਕੇ ਪਾਈਆਂ ਹੋਈਆਂ ਨੇ ਬਹੁਤ ਵਿਸਥਾਰ ਦੇ ਵਿੱਚ ਇਮਤਿਹਾਨ ਦੇ ਪੱਖ ਤੋਂ ਜਿਹੜੇ ਨਵੇਂ ਆਏ ਜ਼ਰੂਰ ਉਹ ਵੀਡੀਓ ਨੂੰ ਦੇਖਿਓ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਹਾਸਦੇ ਬਹਦ ਰਹੋ